ਅਜੀਤ ਵੈਬ ਟੀਵੀ ਦੇ ਦਰਸ਼ਕੋ, ਸਤਿ ਸ਼੍ਰੀ ਅਕਾਲ। ਤੁਹਾਡਾ ਸਵਾਗਤ ਹੈ ਵੈਬ 'ਤੇ। ਅੱਜ ਅਸੀਂ ਪਹੁੰਚੇ ਹਾਂ ਪਿੰਡ ਧਰਦਿਓ ਦੇ ਸਰਦਾਰ ਉਮਰਾਜ ਸਿੰਘ, ਜੋ ਕਿ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਗਰੁੱਪ ਦੇ ਜ਼ਿਲ੍ਹਾ ਪ੍ਰਧਾਨ ਨੇ, ਔਰ ਅੱਜ ਉਹਨਾਂ ਦੇ ਗ੍ਰਹਿ ਵਿਖੇ ਇਹ ਜਥੇਬੰਦੀ ਦੇ ਸੁਪਰੀਮੋ ਸਰਦਾਰ ਬਲਬੀਰ ਸਿੰਘ ਜੀ ਰਾਜੇਵਾਲ ਸਾਹਿਬ ਪੁੱਜੇ ਨੇ। ਆਓ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਇਸ ਤਰ੍ਹਾਂ ਵੀ ਸਭ ਤੋਂ ਪਹਿਲਾਂ ਤਾਂ ਮੈਂ ਅੱਜ ਦੇ ਦਿਹਾੜੇ ਸਾਰੇ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਵਸ ਦੀ ਵਧਾਈ ਦਿਆਂਗਾ, ਪਰ ਨਾਲ ਹੀ ਇਹ ਵੀ ਬੇਨਤੀ ਕਰਾਂਗਾ ਵੀ ਸੋਚੋ ਕਿ ਸੱਚੀ ਮੁੱਚੀ ਹਰ ਤਰ੍ਹਾਂ ਦੀ ਜਿੱਦਾਂ ਦੀ ਸਾਡੀ ਜ਼ਿੰਦਗੀ ਜਿਉਣ ਵਿੱਚ ਆਜ਼ਾਦੀ ਚਾਹੀਦੀ ਹੈ ਉਹ ਸਾਨੂੰ ਮਿਲ ਗਈ। ਪੋਲੀਟੀਕਲ ਆਜ਼ਾਦੀ ਤਾਂ ਜ਼ਰੂਰ ਮਿਲ ਗਈ, ਪਰ ਆਰਥਿਕ ਤੌਰ 'ਤੇ ਹਾਲੇ ਅਸੀਂ ਆਪਣੇ ਪੈਰਾਂ ਸਿਰ ਨਹੀਂ ਹੋਏ, ਕਿਤੇ ਆਰਥਿਕ ਆਜ਼ਾਦੀ ਦਾ ਆਨੰਦ ਹਾਲੇ ਅਸੀਂ ਨਹੀਂ ਮਾਣਿਆ। ਇਸ ਕਰਕੇ ਬਹੁਤ ਸਾਰੇ ਮੁੱਦੇ ਨੇ ਅੱਜ, ਬਹੁਤ ਸਾਰੇ ਮਸਲਿਆਂ 'ਤੇ ਕਿਸਾਨੀ ਨਹੀਂ ਸਾਰਾ ਦੇਸ਼ ਬਹੁਤ ਸਾਰੇ ਮਸਲਿਆਂ 'ਚ ਉਲਝਿਆ ਹੋਇਆ, ਫਸਿਆ ਹੋਇਆ। ਅਤੇ ਤੁਸੀਂ ਪਾਣੀ ਦਾ ਜ਼ਿਕਰ ਕੀਤਾ, ਪਾਣੀਆਂ ਦੀ ਸਥਿਤੀ ਇਹ ਹੈ ਵੀ ਪਿਛਲੇ ਦਿਨੀ ਪਾਰਲੀਮੈਂਟ 'ਚ ਇੱਕ ਰਿਪੋਰਟ ਪੇਸ਼ ਹੋਈ ਹੈ। ਉਸ ਰਿਪੋਰਟ 'ਚ ਕਿਹਾ ਗਿਆ ਵੀ ਪੰਜਾਬ ਦੇ ਹਰ ਡਿਸਟ੍ਰਿਕਟ ਵਾਈਜ਼ ਰਿਪੋਰਟ ਪੇਸ਼ ਕਰਕੇ ਗਿਆ ਵੀ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦਾ ਪਾਣੀ ਪੀਣ ਵਾਲਾ ਜਿਹੜਾ ਉਹ ਪੀਣ ਦੇ ਯੋਗ ਨਹੀਂ ਰਿਹਾ। ਉਹਦੇ ਵਿੱਚ ਲੈਡ ਹੈ, ਉਹਦੇ 'ਚ ਨਾਈਟ੍ਰੇਟਸ ਨੇ, ਉਹਦੇ 'ਚ ਆਰਸੀਨਿਕਸ ਨੇ, ਔਰ ਪੰਜਾਬ ਕੈਂਸਰ ਤਾਂ ਪਹਿਲੇ ਸੀ ਪਰ ਅੱਜ ਦੇਸ਼ ਦੀ ਨੰਬਰ 1 ਸਟੇਟ ਹੋ ਗਈ, ਕੈਂਸਰ ਸਟੇਟ ਬਣ ਗਈ। ਇਸੇ ਤਰ੍ਹਾਂ ਹੈਪਟਾਈਟਸ ਸੀ ਵੱਡੀ ਪੱਧਰ 'ਤੇ ਫੈਲ ਗਿਆ, ਇਹ ਵੀ ਦੇਸ਼ ਵਿੱਚ ਪਹਿਲੇ ਨੰਬਰ 'ਤੇ ਪੰਜਾਬ ਆ ਗਿਆ। ਬੜਾ ਗੰਭੀਰ ਮੁੱਦਾ ਹੈ, ਜਦੋਂ ਇਹਦੇ ਅੱਗ ਦੀ ਤਹਿ ਜਾਵਾਂਗੇ ਉਹ ਜਿਹੜਾ ਪਾਣੀ ਹੈ ਨਾ ਤਾਂ ਉਹ ਫਸਲਾਂ ਨੂੰ ਲਾਉਣ ਦੇ ਯੋਗ ਹੈ, ਨਾ ਉਹ ਮਨੁੱਖ ਦੇ ਪੀਣ ਦੇ ਯੋਗ ਹੈ। ਫਿਰ ਕੀ ਹੋਏਗਾ, ਅਸੀਂ ਉੱਥੇ ਮਾਈਗ੍ਰੇਟ ਕਰਾਂਗੇ, ਪਾਣੀ ਦੇ ਬਗੈਰ ਤਾਂ ਗੁਜ਼ਾਰਾ ਨਹੀਂ। ਫਿਰ ਦੂਜਾ ਤਰੀਕਾ, ਸਾਨੂੰ ਕੁਦਰਤ ਨੇ ਬਖਸ਼ਿਸ਼ ਕੀਤੀ ਹੈ ਪਾਣੀ ਦੀ, ਪੰਜ ਦਰਿਆਵਾਂ ਦੀ ਧਰਤੀ ਅਖਵਾਉਂਦੀ ਹੈ, ਉਹਦਾ ਪਾਣੀ ਅਨਫੋਰਚੁਨੇਟਲੀ ਪਿਛਲੇ ਸਮਿਆਂ ਦੇ ਵਿੱਚ ਜਿਹੜੀ ਪੋਲੀਟੀਕਲ ਲੀਡਰਸ਼ਿਪ ਸੀ ਉਹਨਾਂ ਨੇ ਵਿਜ਼ਨਰੀ ਲੀਡਰਸ਼ਿਪ ਨਹੀਂ ਸੀ, ਉਹਨਾਂ ਨੇ ਮੈਂ ਤਾਂ ਇਹੋ ਕਹਾਂਗਾ ਉਹਨਾਂ ਨੇ ਜਿੰਨਾ ਬੁਰੀ ਤਰ੍ਹਾਂ ਪੰਜਾਬ ਦੇ ਪਾਣੀਆਂ ਨੂੰ ਲੁਟਾਇਆ, ਦੂਜੀਆਂ ਸਟੇਟਾਂ ਨੂੰ ਦਿੱਤਾ, ਉਹਦਾ ਨਤੀਜਾ ਇਹ ਆ ਵੀ ਸਾਡੇ ਕੋਲ ਨਾ ਤਾਂ ਅੱਜ ਕੋਈ ਨੈਟਵਰਕ ਹੈ ਪੰਜਾਬ ਵਿੱਚ ਪਾਣੀ ਹਰ ਪਿੰਡ 'ਚ ਹਰ ਖੇਤ ਨੂੰ ਪਾਣੀ ਦੇਣ ਵਾਸਤੇ, ਨਾ ਹਰ ਸ਼ਹਿਰ ਹਰ ਪਿੰਡ ਨੂੰ ਪਾਣੀ ਦੇਣ ਵਾਸਤੇ, ਸਾਫ਼ ਪਾਣੀ ਦੇਣ ਵਾਸਤੇ ਸਾਡੇ ਕੋਲ ਕੋਈ ਨੈਟਵਰਕ ਖੜ੍ਹਾ ਹੋਇਆ। ਅਤੇ ਸਾਡੀ ਇੱਕ ਤਾਂ ਲੜਾਈ ਇਹ ਹੈ ਵੀ ਪਾਣੀਆਂ ਦਾ ਪੰਜਾਬ ਨਾਲ ਇਨਸਾਫ਼ ਹੋਣਾ ਚਾਹੀਦਾ, ਜਿਹੜਾ ਪੰਜਾਬ ਦੇ ਹਿੱਸੇ ਦਾ ਪਾਣੀ ਆ ਉਹ ਪੰਜਾਬ ਨੂੰ ਮਿਲਣਾ ਚਾਹੀਦਾ। ਦੂਸਰੀ, ਕੋਪਰੇਟਿਵ ਦਾ ਪੱਠਾ ਬਹਿ ਰਿਹਾ, ਇਹਦੇ 'ਤੇ ਸਾਰਿਆਂ ਨੂੰ ਗੰਭੀਰ ਹੋਣਾ ਪਏਗਾ। ਇੱਕ ਸਭ ਤੋਂ ਵੱਡੀ ਸਮੱਸਿਆ ਜਿਹੜੀ ਇਸ ਵੇਲੇ ਨਸ਼ਿਆਂ ਦੀ ਸਮੱਸਿਆ 'ਤੇ ਬਹੁਤ ਕਾਮਰ ਵਾਲੀ ਪੈ ਰਹੀ ਹੈ, ਬਹੁਤ ਹੋਲਾ ਹੋ ਰਿਹਾ ਹੈ। ਮੈਂ ਕਹਿਣਾ ਚਾਹਾਂਗਾ ਸਾਰੇ ਸਮਾਜ ਨੂੰ, ਸਾਡਾ ਜੀਵਨ ਢੰਗ ਬਦਲ ਗਿਆ। ਅਸੀਂ ਘਰ ਵਿੱਚ ਬੱਚਾ ਪੈਦਾ ਹੁੰਦਾ, ਉਹਦੀ ਲੋਹੜੀ ਵੀ ਮਨਾਉਂਦੇ ਹਾਂ, ਉਹਦੇ ਖੁਸ਼ੀਆਂ ਮਨਾਉਂਦੇ ਹਾਂ, ਰਿਸ਼ਤੇਦਾਰਾਂ ਨੂੰ ਇਕੱਠੇ ਕਰਕੇ ਵੱਡੇ ਵੱਡੇ ਸਮਾਗਮ ਵੀ ਕਰਾਉਂਦੇ ਹਾਂ, ਪਰ ਜਦੋਂ ਸਾਡੀ ਜ਼ਿੰਮੇਵਾਰੀ ਨਿਭਾਉਣ ਦਾ ਵਕਤ ਆਉਂਦਾ, ਅੱਜ ਉਹ ਤਰੀਕਾ ਨਹੀਂ ਅਸੀਂ ਅਪਣਾਉਂਦੇ ਜਿਹੜਾ ਸਾਡਾ ਰਵਾਇਤੀ ਪੁਰਾਤਨ ਸਮਿਆਂ ਤੋਂ ਚੱਲਿਆ ਆਉਂਦਾ ਤਰੀਕਾ ਸੀ ਵੀ ਬੱਚਿਆਂ ਨੂੰ ਅਸੀਂ ਸੰਸਕਾਰ ਦੇਣ ਵਾਸਤੇ ਸਾਰਾ ਪਰਿਵਾਰ ਦਰਜਾ ਬਦਰਜਾ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਸੀ, ਬੱਚੇ ਨੂੰ ਪਾਲਦੇ ਸੀ। ਹੁਣ ਸਾਡੇ ਕੋਲ ਕੰਮਾਂ ਦੇ ਵਿੱਚੋਂ ਵਿਹਲ ਨਹੀਂ, ਸਾਨੂੰ ਪਤਾ ਨਹੀਂ ਸਾਡਾ ਬੱਚਾ ਕਿੱਥੇ ਬੈਠਦਾ, ਕਿੱਥੇ ਖੜ੍ਹਦਾ, ਕੀ ਉਹਦੀ ਸੁਸਾਇਟੀ ਹੈ, ਅਤੇ ਸਾਨੂੰ ਉਹ ਨਾ ਸਾਡੇ ਕੋਲ ਇਹ ਵਿਹਲ ਆਰਥਿਕ ਤੌਰ 'ਤੇ ਤੰਗ ਆ, ਬੱਚੇ ਦੀਆਂ ਜ਼ਰੂਰਤਾਂ ਕੀ ਨੇ ਅਸੀਂ ਉਹਨਾਂ ਵੱਲ ਵੀ ਧਿਆਨ ਨਹੀਂ ਦਿੰਦੇ। ਇਹਦਾ ਨਤੀਜਾ ਇਹ ਹੋਇਆ ਵੀ ਅੱਜ ਪਿੰਡਾਂ ਦੇ ਵਿੱਚ ਮਾਪਿਆਂ ਨੂੰ ਫਿਕਰ ਹੋਇਆ, ਜਾਂ ਤਾਂ ਨਸ਼ਿਆਂ 'ਚ ਫਸ ਕੇ ਮਰੀ ਜਾ ਰਹੇ ਨੇ ਬੱਚੇ, ਜਾਂ ਮਾਪੇ ਜ਼ਮੀਨਾਂ ਵੇਚ ਵੇਚ ਉਹਨਾਂ ਨੂੰ ਵਿਦੇਸ਼ਾਂ ਨੂੰ ਭੇਜੀ ਜਾ ਰਹੇ ਨੇ। ਬਹੁਤ ਵੱਡੀ ਸਮੱਸਿਆ ਹੋ ਗਈ।
ਰਜਵੰਤ ਸਾਹਿਬ, ਇੱਕ ਜਿਹੜਾ ਝੋਨੇ ਦੀ ਖਰੀਦ ਦੇ ਸੰਬੰਧ ਵਿੱਚ ਇੱਕ ਨਵੀਂ ਗੱਲ ਸੁਣ ਆ ਰਹੀ ਹੈ, ਕੁਛ ਕਨਫਿਊਜ਼ਨ ਬਣਿਆ ਪਿਆ, ਭੰਬਲ ਭੂਸਾ ਜਿਹਾ ਬਣਿਆ ਕਿ ਖਰੀਦ ਹੋਵੇਗੀ ਜਾਂ ਕਿਵੇਂ ਹੋਵੇਗੀ। ਸਰਕਾਰ ਦੇ ਕੋਲ ਗੋਦਾਮਾਂ ਦੇ ਵਿੱਚ ਕੋਈ ਜਗ੍ਹਾ ਨਹੀਂ, ਇਸ ਬਾਰੇ ਇਹ ਬੜਾ ਬੜੀ ਸਪਸ਼ਟ ਹੈ ਗੱਲ, ਇਸ ਤਰ੍ਹਾਂ ਨਹੀਂ ਵੀ ਕੋਈ ਕਨਫਿਊਜ਼ਨ ਨਹੀਂ ਰਿਹਾ। ਜਿਹੜਾ ਅਸੀਂ ਝੋਨਾ ਮੰਡੀਆਂ ਜਦੋਂ ਵੇਚਦੇ ਹਾਂ, ਇਹ ਫਿਰ ਮਿਲਿੰਗ ਵਾਸਤੇ ਸਰਕਾਰੀ ਏਜੰਸੀਆਂ ਸੈਲਰਾਂ ਦੇ ਵਿੱਚ ਭੇਜਦੀਆਂ ਨੇ। ਸੈਲਰਾਂ ਦਾ ਆਪਣਾ ਨਹੀਂ ਹੁੰਦਾ, ਉਹਨਾਂ ਨੇ ਇੱਕ ਕੁਇੰਟਲ 'ਚੋਂ 67 ਕਿਲੋ ਚੌਲ ਸਰਕਾਰ ਨੂੰ ਦੇਣੇ ਹੁੰਦੇ ਆ। ਇਹ ਉਹ ਇੱਕ ਐਗਰੀਮੈਂਟ ਹੁੰਦਾ, ਉਹ ਜਿਹੜਾ ਐਗਰੀਮੈਂਟ ਹੁੰਦਾ ਉਹਦੇ 'ਚ ਹੁੰਦਾ ਵੀ 31 ਮਾਰਚ ਤੱਕ ਉਹ ਸਾਰਾ ਝੋਨਾ ਮਿਲ ਕਰਕੇ ਸਰਕਾਰ ਨੂੰ FCI ਨੂੰ ਡਿਲੀਵਰ ਕਰ ਦੇਣਗੇ ਚੌਲ। ਪਰ ਉਹ ਮਿਲਿੰਗ ਪੋਲਿਸੀ ਬਣਾਉਣੀ ਹੁੰਦੀ ਹੈ ਸਟੇਟ ਗਵਰਨਮੈਂਟ ਨੇ। ਜਿਹੜੀ ਮੌਜੂਦਾ ਸਾਡੀ ਸਰਕਾਰ ਹੈ, ਅਫਸੋਸ ਹੈ ਵੀ ਸਾਡੀ ਸਰਕਾਰ ਨੂੰ ਇਹਦੀ ਪਰਵਾਹ ਹੀ ਨਹੀਂ ਰਹੀ। ਉਹਨਾਂ ਨੇ ਜਿਹੜੀ 31 ਅਕਤੂਬਰ ਤੱਕ ਮਿਲਿੰਗ ਪੋਲਿਸੀ ਬਣ ਜਾਣੀ ਚਾਹੀਦੀ ਸੀ ਪਿਛਲੀ, ਇਸ ਸਾਲ ਜਿਹੜਾ ਹੁਣ ਲੰਘ ਕੇ ਗਿਆ, ਇਹਦੇ 'ਚ 15 ਜਨਵਰੀ ਤੱਕ ਕੋਈ ਪੋਲਿਸੀ ਨਹੀਂ ਬਣੀ। 15 ਜਨਵਰੀ ਤੋਂ ਬਾਅਦ ਫਿਰ ਉਹਨਾਂ ਨੂੰ ਕਹਿ ਦਿੱਤਾ ਗਿਆ ਵੀ ਅਸੀਂ ਤਾਂ ਜੀ ਫਿਜ਼ੀਕਲ ਵੈਰੀਫਿਕੇਸ਼ਨ ਕਰਾਂਗੇ, ਫਿਰ ਮਿਲਿੰਗ ਸ਼ੁਰੂ ਕਰਿਓ। ਫਿਰ 15-20 ਦਿਨ ਉਹਦੇ 'ਚ ਵੀ ਲੰਘਾ ਦਿੱਤੇ। ਜਿਹੜਾ ਮਿਲਿੰਗ ਦਾ ਅੱਛਾ ਪੀਰੀਅਡ ਸੀਗਾ ਉਹ ਸਾਰਾ ਲੰਘ ਗਿਆ। ਅੱਛਾ, ਇਹ ਤੋਂ ਬਿਨਾਂ ਵੀ ਜਦੋਂ ਮਿਲਿੰਗ ਸ਼ੁਰੂ ਹੋਈ ਤਾਂ ਉਹਦੇ ਬਾਅਦ ਚੌਲ ਰੱਖਣ ਵਾਸਤੇ ਕੋਈ ਥਾਂ ਚਾਹੀਦੀ, ਸਪੇਸ ਚਾਹੀਦੀ। ਸਪੇਸ ਵਾਸਤੇ FCI ਦੇ ਸਿਰ ਚੜ੍ਹਨਾ ਹੁੰਦਾ ਹੈ ਸਟੇਟ ਦੇ ਫੂਡ ਮਿਨਿਸਟਰ ਨੇ। ਸਾਡੇ ਫੂਡ ਮਿਨਿਸਟਰ ਨੇ ਝੂਠ ਬੋਲਣ ਵਾਸਤੇ ਇੱਕ ਵਾਰੀ ਵੀ ਜਾ ਕੇ ਕੇਂਦਰ 'ਚ ਕੋਈ ਉੱਥੇ ਦੇ ਫੂਡ ਮਿਨਿਸਟਰ ਨਾਲ ਮੀਟਿੰਗ ਨਹੀਂ ਕੀਤੀ। ਔਰ ਹਾਲਤ ਇਹ ਹੈ ਵੀ ਅੱਜ ਸਾਡੇ ਗੋਦਾਮ ਭਰੇ ਹੋਏ ਹੈ, ਮੂਵਮੈਂਟ ਹੋਈ ਨਹੀਂ, ਗਾਹਾਂ ਨੂੰ ਗੋਦਾਮਾਂ ਵਿੱਚ ਥਾਂ ਨਹੀਂ। ਅਤੇ ਇਸ ਵਾਰੀ ਇੰਨਾ ਲਮਕ ਗਿਆ ਇਹਨਾਂ ਦੀ ਨਲਾਇਕੀ ਨਾਲ, ਜਦੋਂ ਮਿਲਿੰਗ ਪੋਲਿਸੀ ਉਹ 15 ਜਨਵਰੀ ਨੂੰ ਬਣੀ, ਫਰਵਰੀ ਦੇ ਵਿੱਚ ਜਾ ਕੇ ਮਾਲ ਲੱਗਣ ਲੱਗਿਆ, ਉਹ ਹਾਲੇ ਤੱਕ ਸਾਰਾ ਚੌਲ ਨਹੀਂ ਪਹੁੰਚਿਆ। ਉੱਪਰੋਂ ਪੂਰੀ ਅਕਬਰ ਦੀ ਜਿਹੜੀ ਗਰਮੀ ਸੀ ਉਹਦੇ ਨਾਲ ਜਿਹੜਾ ਝੋਨਾ ਸੀ ਉਹਦੇ ਚੌਲ ਡਿਸਕਲਰਡ ਹੋ ਗਿਆ, ਚੌਲ ਦਾ ਟੋਟਾ ਹੋਣ ਲੱਗ ਗਿਆ, ਚੌਲ ਦੇ ਵਿੱਚ ਜਿਹੜੀ ਡਰਾਈ ਏਜ ਹੈ ਉਹ 3% ਘੱਟੋ ਘੱਟ ਉਹ ਵੱਧ ਗਈ। ਉਹਦੇ ਨਾਲ ਜਿਹੜੇ 64 ਕਿਲੋ ਚੌਲ ਲੈਣੇ ਸੀ ਉਹ 64 ਰਹਿ ਗਏ। ਫਿਰ ਵਰਾਇਟੀਆਂ ਨਵੀਆਂ ਆ ਗਈਆਂ ਉਹਨਾਂ ਦੀ, ਅਸੀਂ ਇਹ ਤਾਂ ਦੇਖਣ ਲੱਗ ਗਏ ਵੀ ਵਰਾਇਟੀ ਜਿਹੜੀ ਅਸੀਂ 140 ਦਿਨ ਦੀ ਸੀ ਉਹ ਤਾਂ 105 ਦਿਨ ਦੀ ਲਿਆਂਦੀ, ਹੁਣ 90 ਦਿਨ ਦੀ ਲਿਆਂਦੀ। ਪਰ ਉਹਦੇ ਨਾਲ ਜਿਹੜੀ ਉਹਦੀ ਰਾਈ ਸੀਡ ਘਟੀ ਜਾਂਦੀ ਹੈ, ਉਹਦੀ ਅਸੀਂ ਟੈਸਟ ਮਿਲਿੰਗ ਕਰਾਉਂਦੇ ਹੀ ਨਹੀਂ। ਇਹ ਸੂਬਾ ਸਰਕਾਰ ਨੂੰ ਪਤਾ ਹੀ ਨਹੀਂ ਵੀ ਇਹਦੀ ਟੈਸਟ ਮਿਲਿੰਗ ਵੀ ਹੁੰਦੀ ਹੈ। ਟੈਸਟ ਮਿਲਿੰਗ ਕਰਾ ਕੇ ਫਿਰ ਉਹਨੇ ਭਾਰਤ ਸਰਕਾਰ ਨੂੰ ਪਿਕਅਪ ਕਰਨਾ ਹੁੰਦਾ ਵੀ ਇਹਦੇ ਤਾਂ ਰਾਈਸ ਜਿਹੜਾ ਇੰਨਾ ਹੀ ਨਿਕਲਦਾ। ਹੁਣ ਇਹ ਸਾਰੀਆਂ ਗੱਲਾਂ ਨਾਲ ਇਹਦੀ ਸਜ਼ਾ ਮਿਲ ਗਈ ਸਾਡੀ ਰਾਈਸ ਇੰਡਸਟਰੀ ਨੂੰ। ਰਾਈਸ ਇੰਡਸਟਰੀ ਬੁਰੀ ਤਰ੍ਹਾਂ ਡੁੱਬ ਗਈ, ਸਾਡੇ ਕੋਲ ਹੋਰ ਕੁਛ ਨਹੀਂ। ਇੱਕੋ ਇੰਡਸਟਰੀ ਹੈ, 4000 ਇੱਥੇ ਯੂਨਿਟ ਨੇ, ਜਿਹੜੇ ਸਾਰੇ ਦੇ ਸਾਰੇ ਘਾਟੇ 'ਚ ਨੇ, ਕਰੋੜਾਂ ਦੇ ਘਾਟੇ 'ਚ ਨੇ। ਅਤੇ ਉਹ ਹੁਣ ਸਿਰ ਸੁੱਟੀ ਬੈਠੇ ਨੇ ਵੀ ਜੇ ਇਸ ਤਰ੍ਹਾਂ ਕਰਨਾ ਸਰਕਾਰ ਨੇ, ਅੱਗੇ ਨੂੰ ਸਪੇਸ ਹੈ ਨਹੀਂ, ਅਸੀਂ ਫਸਲ ਵਾਸਤੇ ਆਪਣੇ ਸ਼ਹਿਰਾਂ ਵਿੱਚ ਝੋਨਾ ਕਿਉਂ ਲਵਾਈਏ? ਜੇ ਝੋਨਾ ਨਹੀਂ ਲੱਗੇਗਾ ਤਾਂ ਫਿਰ ਉਹ ਕਿੱਥੇ ਜਾਏਗਾ ਖਰੀਦ ਕੇ? ਇਹ ਇਸ ਕਰਕੇ ਬੜੀ ਜੱਦੋ ਜਹਿਦ ਦਾ ਮਸਲਾ ਖੜ੍ਹਾ ਹੋ ਗਿਆ। ਇਸ ਵਾਰੀ ਝੋਨੇ ਵੇਲੇ ਐਡਾ ਸੌਖਾ ਨਹੀਂ ਇਹਨੇ ਵਿਕਣਾ, ਕਿਸਾਨਾਂ ਨੂੰ ਲੜਾਈ ਲਈ ਤਿਆਰ ਹੋਣਾ ਚਾਹੀਦਾ। ਇੱਕ ਜੀ, ਬੇਸ਼ੱਕ ਸਰਕਾਰ ਬੜੇ ਲੰਮਕੇ ਜਿਹਾ ਮਾਰਦੀ ਆ ਕਿ ਅਸੀਂ ਬਹੁਤ ਸਾਰਾ ਰੁਜ਼ਗਾਰ ਦੇ ਦਿੱਤਾ ਪੰਜਾਬ ਦੀ ਜਵਾਨੀ ਨੂੰ, ਅਤੇ ਬੇਰੁਜ਼ਗਾਰੀ ਬੜੀ ਵੱਡੀ ਇੱਕ ਵਿਕਰਾਲ ਸਮੱਸਿਆ ਹੈ ਸਾਡੇ ਸਾਹਮਣੇ ਇਸ ਵੇਲੇ, ਇਹਦੇ ਬਾਰੇ ਤੁਹਾਡੀ ਕੀ ਖਿਆਲ ਆ? ਮੈਂ ਸਮਝਦਾ ਬਈ ਇਸ ਓਵਰਆਲ ਸਾਰੀ ਸਥਿਤੀ ਸਾਰੇ ਦੇਸ਼ ਦੀ ਸਮਝੀਏ, ਪੰਜਾਬ ਦੇ ਵਿੱਚ ਇਹ ਹੈ, ਸਾਨੂੰ ਸਾਡੀਆਂ ਸਰਕਾਰਾਂ ਨੂੰ ਪਤਾ ਹੋਣਾ ਚਾਹੀਦਾ ਵੀ ਸ਼੍ਰੀਲੰਕਾ ਵਿੱਚ ਰਾਸ਼ਟਰਪਤੀ ਨੂੰ ਭੱਜਣਾ ਪੈ ਗਿਆ ਸੀ ਜਦੋਂ ਅਨਇੰਪਲੋਇਮੈਂਟ ਕਰਕੇ ਯੂਥ ਨੇ ਰਾਸ਼ਟਰਪਤੀ ਭਵਨ ਵੱਲ ਨੂੰ ਕੂਚ ਕਰਤਾ ਸੀ, ਉੱਥੇ ਦੀ ਸਰਕਾਰ ਦਾ ਕੀ ਹਾਲ ਹੋਇਆ? ਇਸੇ ਤਰ੍ਹਾਂ ਹੁਣ ਬੰਗਲਾਦੇਸ਼ ਵਿੱਚ ਅਨਇੰਪਲੋਇਮੈਂਟ ਸੀ,
ਯੂਥ ਗਿਆ ਉੱਥੇ ਪ੍ਰਾਈਮ ਮਿਨਿਸਟਰ ਦੇ ਘਰ ਵੱਲ ਨੂੰ, ਅਗਲੀ ਵਾਰੀ ਸਾਡੀ ਹੈ। ਇੱਥੇ 140 ਕਰੋੜ ਦੀ ਆਬਾਦੀ ਹੈ, ਅਨਇੰਪਲਾਇਮੈਂਟ ਦਾ ਰੇਟ ਦੁਨੀਆ ਸਭ ਤੋਂ ਵੱਧ ਆ, 81 ਕਰੋੜ ਤਾਂ ਲੋਕ ਗਰੀਬ ਐਸੇ ਨੇ ਜਿਹਨਾਂ ਕੋਲ ਦੋ ਵੇਲੇ ਦੀ ਰੋਟੀ ਕਮਾਉਣ ਜੋਗਾ ਵੀ ਸਾਧਨ ਨਹੀਂ, ਰੁਜ਼ਗਾਰ ਨਹੀਂ ਹੈ। ਅਤੇ ਫਿਰ ਡੈਫੀਨੇਟਲੀ ਜਦੋਂ ਉਹਨਾਂ ਦੇ ਕੋਲ ਕੁਝ ਪੱਲੇ ਕੁਛ ਹੈ ਨਹੀਂ, ਫਿਰ ਬਾਗੀ ਮਨ ਹੁੰਦਾ। ਅਤੇ ਸਰਕਾਰਾਂ ਨੂੰ ਸਮਝਣਾ ਚਾਹੀਦਾ, ਇੰਨੀ ਵੱਡੀ ਪੱਧਰ 'ਤੇ ਇੰਪਲਾਇਮੈਂਟ ਹੈ, ਦਮਕੇ ਜੇ ਨਹੀਂ ਮਾਰਨੇ ਚਾਹੀਦੇ। ਇਹ ਲੋਕਾਂ ਨੂੰ ਸਭ ਪਤਾ ਹੈ ਔਰ ਉਹਨਾਂ ਦੀਆਂ ਗੱਲਾਂ ਲੋਕਾਂ ਨੂੰ ਹਜ਼ਮ ਨਹੀਂ ਹੋ ਰਹੀਆਂ। ਨਾ ਪੰਜਾਬ 'ਚ ਕੋਈ ਰੁਜ਼ਗਾਰ ਹੈ, ਨਾ ਨੈਸ਼ਨਲ ਲੈਵਲ 'ਤੇ ਕੋਈ ਰੁਜ਼ਗਾਰ ਹੈ। ਮੋਦੀ ਜੀ ਕਹਿੰਦੇ ਸੀ 2 ਕਰੋੜ ਨੌਕਰੀਆਂ ਹਰ ਸਾਲ ਦੇਵਾਂਗੇ, 2 ਕਰੋੜ ਪਿਛਲੇ 14 ਸਾਲਾਂ 'ਚ ਨਹੀਂ ਦਿੱਤੀਆਂ ਉਹਨਾਂ ਨੇ। ਲੋਕ ਝੂਠ ਬੋਲੀ ਜਾਂਦੇ ਨੇ, ਇਸੇ ਤਰ੍ਹਾਂ ਪੰਜਾਬ ਦਾ ਮੁੱਖ ਮੰਤਰੀ ਝੂਠ ਬੋਲੀ ਜਾਂਦਾ, ਉਹ ਸਮਝਦੇ ਲੋਕ ਮੂਰਖ ਨੇ। ਪਰ ਲੋਕਾਂ ਦੇ ਵਿੱਚ ਅਸੰਤੋਸ਼ ਹੈ, ਇਹਨੂੰ ਧਿਆਨ 'ਚ ਰੱਖਣਾ ਚਾਹੀਦਾ ਸਰਕਾਰ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜੀ। ਸੋ ਦੋਸਤੋ, ਰਾਜੇਵਾਲ ਸਾਹਿਬ ਨੇ ਬੜੇ ਵਿਸਾਰ ਦੇ ਨਾਲ ਜਿਹੜੀਆਂ ਅੱਜ ਸਾਡੇ ਸਾਹਮਣੇ ਸਮੱਸਿਆਵਾਂ ਮੂੰਹ ਖੋਲ੍ਹ ਕੇ ਖੜੀਆਂ ਨੇ, ਉਹਨਾਂ ਦੇ ਬਾਰੇ ਬੜੇ ਵਿਸਥਾਰ ਨਾਲ ਸਾਨੂੰ ਜਾਣਕਾਰੀ ਦਿੱਤੀ ਹੈ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜੀ, ਤੁਹਾਡਾ ਪ੍ਰਧਾਨ ਸਾਹਿਬ ਜੀ। ਮੈਂ ਜਗਜੀਤ ਸਿੰਘ ਮਹੁੰਦਾ ਇੱਥੋਂ ਤੋਂ ਅਜੀਤ 50। ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ, ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈੱਲ ਆਈਕਨ 'ਤੇ ਕਲਿੱਕ ਕਰੋ।